ਮੈਂ ਕਹਿੰਦਾ ਉਹ ਚੀਜ਼ਾਂ ਭੇਜ ਦਿੰਦਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਭਰਾ ਤੁਹਾਨੂੰ ਮਨਾ ਕਰ ਦਿੰਦੇ ਨੇ, ਚੀਜ਼ਾਂ ਦਿਖਾਉਣਾ ਤੁਹਾਨੂੰ ਇਹ ਯੂਰੋਪ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਭੇਜਦਾ ਯੂਰੋਪ ਦੇ ਵਿੱਚ, ਹਾਂ ਯੂਰੋਪ ਦੇ ਵਿੱਚ ਕੋਈ ਖਾਣ ਪੀਣ ਵਾਲਾ ਸਮਾਨ ਭੇਜਦਾ ਨਹੀਂ, ਹਾਂ ਯੂਰੋਪ ਦੇ ਵਿੱਚ ਅਸੀਂ ਭੇਜਦਾਂਗੇ ਖਾਣ ਪੀਣ ਵਾਲਾ। ਇਕੱਲਾ ਮਲੇਰਕੋਟ ਲਾਣੀ ਪੂਰਾ ਪੰਜਾਬ ਦਾ ਖੁੱਲ੍ਹਾ ਚੈਲੰਜ, ਪਹਿਲਾਂ ਵੀਰੇ ਕਹਿ ਦਾਂ ਕਿ ਜਿੱਥੇ ਜਿੱਤ ਕਰਦਾ ਉੱਥੇ ਰੇਟ ਪਤਾ ਰੇਟ ਪਤਾ ਕਰ ਲਓ, ਬਾਅਦ 'ਚੋਂ ਜਸਟ ਕਾਲ ਕਰ ਲੈਣ ਜਸਟ ਕਾਲ। ਅਤੇ ਆਹ ਸਾਹਮਣੇ ਤੁਹਾਡੇ ਪਰਫਿਊਮ ਪਏ ਨੇ, ਇਹ ਬੈਨ ਹੈ ਇੱਕ ਤਰੀਕੇ ਨਾਲ, ਇਹ ਭੇਜੋਗੇ? ਅਸੀਂ ਇਹ ਵੀ ਭੇਜ ਦਾਂਗੇ ਬਾਈ, ਕਿੰਨੇ ਮਰਜ਼ੀ 5 ਕਿਲੋ 10 ਕਿਲੋ 15 ਕਿਲੋ 20 ਕਿਲੋ ਜਿੰਨੇ ਮਰਜ਼ੀ ਪਰਫਿਊਮ ਆਉਣ, ਇਹ ਵੀ ਭੇਜ ਦਾਂਗੇ ਅਸੀਂ, ਗਰੰਟੀ ਨਾਲ ਡਿਲੀਵਰੀ ਹੋ ਜਾਵੇ। ਦਵਾਈਆਂ ਭੇਜ ਦਿੰਦੇ ਹਾਂ, ਦਵਾਈਆਂ ਭੇਜ ਦਿੰਦੇ, ਕਿਹੜੀ ਮਰਜ਼ੀ ਕੰਟਰੀ ਯੂਰੋਪ ਨੂੰ ਛੱਡ ਕੇ ਬਾਈ, ਕਿਹੜੀ ਮਰਜ਼ੀ ਕੰਟਰੀ ਭੇਜ ਦਿਓ, ਯੂਰੋਪ ਨੂੰ ਅਤੇ ਗਲਫ ਨੂੰ, ਦਵਾਈਆਂ ਛੱਡ ਕੇ ਯੂਰੋਪ ਅਤੇ ਗਲਫ ਨੂੰ ਦਵਾਈਆਂ ਜਾਂਦੇ ਨੇ, ਉਧਰ ਗੌਰਮੈਂਟ ਅਲਾਓ ਨਹੀਂ ਕਰਦੀ ਹੈਗੀ, ਆਪਾਂ ਭੇਜ ਨਹੀਂ ਸਕਦੇ ਉੱਥੇ, ਆਪਾਂ ਉੱਧਰ ਭੇਜ ਸਕਦੇ, ਬਾਕੀ ਸਾਰੀ ਕੰਟਰੀ ਭੇਜ ਸਕਦੇ, ਸਾਰੇ ਕੰਟਰੀ ਭੇਜ ਲੱਗਦੀ ਹੈ। ਹੋਰ ਕੋਈ ਕੰਟਰੀ ਯੂਕੇ ਆਸਟ੍ਰੇਲੀਆ ਵਾਲੇ ਵੀ ਕਹੀ ਜਾਂਦੇ ਨੇ, ਯੂਕੇ ਆਸਟ੍ਰੇਲੀਆ USA ਨਿਊਜ਼ੀਲੈਂਡ ਕੋਈ ਗਲਫ ਦੀ ਕੰਟਰੀ, ਕਿਤੇ ਨਹੀਂ ਕਸਟਮ ਲੱਗਦੀ, ਨਾ ਯੂਰੋਪ 'ਚ ਲੱਗਦੀ ਆ, ਆਪਾਂ ਵਿਚਾਰ ਲੈਂਦੇ ਹਾਂ ਬਾਈ, ਸਿਰਫ ਕੈਨੇਡਾ ਹੀ ਲੱਗਦੀ ਆ, ਉਹ ਵੀ ਰਿਫੰਡੇਬਲ ਹੁੰਦੀ ਆ, ਕੋਈ ਇੱਦਾਂ ਨਹੀਂ ਵੀ ਤੁਹਾਡਾ ਲੈ ਲਿਆ ਖਤਮ ਖਾਣੀ, ਉਹ ਰਿਫੰਡ ਵਾਪਸ ਆ ਜਾਂਦੀ ਉਹ ਵੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ ਜੀ ਬਾਈ, ਇੱਕ ਮਲੇਰਕੋਟਲੇ ਦੇ ਵਿੱਚ ਮੈਂ ਤੁਹਾਨੂੰ ਇੱਕ ਦੁਕਾਨ ਦਿਖਾਉਣਾ, ਜਿੰਨੇ ਵੀ ਭਰਾ ਆਪਣੇ ਇਹ ਵੀਡੀਓ ਦੇਖ ਰਹੇ ਨੇ, ਇੱਕ ਤਾਂ ਪਹਿਲਾਂ ਐਡਰੈਸ ਅਤੇ ਮੋਬਾਈਲ ਨੰਬਰ ਨੋਟ ਕਰ ਲਓ, ਦਾਵਾ ਕਰਦੇ ਨੇ ਬਾਈ ਕਹਿੰਦਾ ਸਭ ਤੋਂ ਘੱਟ ਖਰਚੇ ਦੇ ਵਿੱਚ ਕੁਰੀਅਰ ਕਰ ਦਿੰਦੇ ਨੇ, ਕਿਹੜੀ ਮਰਜ਼ੀ ਕੰਟਰੀ ਹੋਵੇ, ਭਾਵੇਂ ਇੰਡੀਆ ਭਾਵੇਂ ਇੰਡੀਆ ਤੋਂ ਬਾਹਰ ਹੋਵੇ, ਪਹਿਲਾਂ ਲੋਕੇਸ਼ਨ ਚੈੱਕ ਕਰ ਲਓ, ਕਿਉਂਕਿ ਨਾ ਉਰੇ ਆਉਣ ਤੋਂ ਪਹਿਲਾਂ ਕਈ ਵੀਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਉਣਾ ਕਿੱਥੇ ਆ। ਆਹ ਪਰਲੇ ਪਾਸੇ ਬੱਸ ਸਟੈਂਡ ਆ, ਜਦੋਂ ਆਪਾਂ ਮਲੇਰਕੋਟਲਾ ਬੱਸ ਸਟੈਂਡ ਰੋਡ ਪਾਸੇ ਜਾਂਦੇ ਹਾਂ, ਜਦੋਂ ਬੱਸ ਸਟੈਂਡ ਕੋਲ ਪਹੁੰਚਣ ਵਾਲੇ ਹੋ ਗਏ ਤਾਂ ਆਹ ਰੋਡ ਉਹ ਪਰਲੇ ਪਾਸੇ ਦੇਖੋ, ਜਿਹੜੀ ਆਹ ਇੱਧਰਲੀ ਸਾਈਡ ਇਹ ਹੈਗਾ ਬੱਸ ਸਟੈਂਡ, ਆਹ ਟੈਂਕੀ ਦਿਖ ਜੂ, ਆਹ ਟੈਂਕੀ ਦੇ ਉਰਲੇ ਪਾਸੇ ਇੱਕ ਰੋਡ ਜਾਂਦੀ ਹੈ, ਰੋਡ ਤੋਂ ਬਾਅਦ ਇੱਕ ਆਹ ਉਰੇ ਆਫਿਸ ਹੈ, ਆਫਿਸ ਦੀ ਨਿਸ਼ਾਨੀ ਕੀ ਹੈ, ਇਹਨਾਂ ਦੇ ਆਫਿਸ ਦੇ ਬਾਹਰ ਇੱਕ ਟਰੈਕਟਰ ਪਿਆ ਹੋਊਗਾ, ਆਹ ਲਵੇ ਵਾਲੀ ਦੁਕਾਨ ਦਿਖਾ ਦੇ ਬਾਈ ਦੀ, ਇੱਕ ਪਹਿਰੇਦਾਰ ਪੰਜਾਬ ਟਾਈਮਸ ਦੇ ਨਾਮ 'ਤੇ ਆਹ ਸ਼ੋਪ ਹੈ, ਇੱਕ ਵਾਰੀ ਇਹਦੀ ਫੋਟੋ ਕਲਿੱਕ ਕਰ ਲਓ ਜਿੰਨੇ ਭਰਾ ਮੈਂ ਦੇਖ ਰਿਹਾ, ਕਿਉਂਕਿ ਤੁਸੀਂ ਭੁੱਲ ਜਾਓਗੇ, ਜਿਹੜਾ ਨੰਬਰ ਆ ਇਹਦਾ ਸਕਰੀਨਸ਼ੋਟ ਕਰ ਲਓ, ਆਹ ਦੁਕਾਨ ਦੀ ਬਾਹਰੋਂ ਫੋਟੋ ਕਰ ਲਓ, ਉਰੇ ਇੱਕ ਬੰਦੇ ਦੀ ਫੋਟੋ ਲੱਗੀ ਹੋਊਗੀ। ਮੈਂ ਕਹਿੰਦਾ ਉਹ ਚੀਜ਼ਾਂ ਭੇਜ ਦਿੰਦਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਭਰਾ ਤੁਹਾਨੂੰ ਮਨਾ ਕਰ ਦਿੰਦੇ ਨੇ, ਚੀਜ਼ਾਂ ਦਿਖਾਉਣਾ ਤੁਹਾਨੂੰ, ਆ ਜਾਓ ਅੰਦਰਲੇ ਪਾਸੇ ਗੱਲਬਾਤ ਕਰਦੇ ਹਾਂ ਬਾਈ ਨਾਲ ਇੱਕ ਵਾਰੀ, ਆ ਜਾਓ ਜੀ, ਆ ਜਾਓ ਵੀਰੇ, ਕੀ ਹਾਲ ਚਾਲ ਹੈ ਵੀਰੇ? ਬਹੁਤ ਵਧੀਆ ਬਾਈ, ਬਾਈ ਜੀ ਰੌਲਾ ਪਾਇਆ ਹੋਇਆ ਪੂਰਾ ਮਾਰਕੀਟ ਦੇ ਵਿੱਚ, ਵੀ ਜਿਹੜੀਆਂ ਚੀਜ਼ਾਂ ਬੰਦੇ ਕੁਰੀਅਰ ਵਾਲੇ ਗੱਲ ਕਰਦਾ, ਮੈਂ ਆਲ ਪੰਜਾਬ ਦੀ ਗੱਲ ਕਰੂੰ, ਕੱਲਾ ਮਲੇਰਕੋਟਲਾ ਸ਼ਹਿਰ ਨਹੀਂ, ਜਿਹੜੇ ਜਵਾਬ ਦੇ ਦਿੰਦੇ ਨੇ ਬਾਈ, ਇਹ ਤਾਂ ਹੁੰਦਾ ਹੀ ਨਹੀਂ ਬਾਈ, ਤੁਸੀਂ ਖੁੱਲ੍ਹਾ ਚੈਲੰਜ ਕਰਕੇ ਉਹਦੇ ਵਿੱਚ ਇਹ ਵੀ ਆਪਾਂ ਕਰ ਦਿੰਦੇ ਹਾਂ ਬਾਈ, ਸਾਰਾ ਕੁਝ ਭੇਜ ਦਿੰਦੇ ਆਪਾਂ ਬਾਈ। ਪਹਿਲਾਂ ਤਾਂ ਐਡਰੈਸ ਮੈਂ ਸਾਰਿਆਂ ਨੂੰ ਵੈਸੇ ਸਮਝਾਤਾ ਕਿੱਥੇ ਕਿੱਥੇ ਨਹੀਂ, ਵੈਸੇ ਤੁਸੀਂ ਦੱਸ ਦਿਓ ਪ੍ਰੋਪਰ ਤਰੀਕੇ ਦੇ ਨਾਲ ਵੀ ਮਲੇਰਕੋਟਲੇ ਦੇ ਵਿੱਚ ਮੈਂ ਕਹਿੰਦਾ ਸੀਗਾ ਵੀ ਬੱਸ ਸਟੈਂਡ ਨੂੰ ਆ ਜਾਇਓ ਰੋਡ ਨੂੰ, ਹਾਂਜੀ, ਆ ਕੇ ਖੱਬੇ ਸੜਕ ਮੁੜਦੀ ਆ, ਆਪਣਾ ਟਰੈਕਟਰ ਬਾਹਰ ਪਿਆ ਜੀ ਬਾਈ, ਆਪਣਾ ਨਾਮ ਕਿਹਦਾ ਪ੍ਰੋਪਰ ਸ਼ੋਪ ਦਾ? ਆਪਣੀ ਸ਼ੋਪ ਦਾ ਨਾਮ ਹੈਗਾ ਡੈਸਟਨੀ ਇੰਟਰਨੈਸ਼ਨਲ ਕੋਰੀਅਰ ਬਾਈ। ਹਾਂ, ਤੇ ਹੁਣ ਮੁੱਦਾ ਉਰੂਆ ਗਰਾਰੀ ਦੇ ਰੇਟ ਦੇ, ਤੁਸੀਂ ਉਰੇ ਮੈਂ ਸਵੇਰ ਦਾ ਟਾਈਮ ਹੈ, ਮੈਂ ਉਰੇ ਆਇਆ ਹੋਇਆ, ਜੇ ਉਰੇ ਦਿਨ 'ਚ ਆ ਜਾਓ ਨਾ ਤਾਂ ਭੁੱਲ ਜਾਓ ਵੀਰ, ਖੜਨ ਨੂੰ ਜਗ੍ਹਾ ਨਹੀਂ ਮਿਲਦੀ। ਅਤੇ ਬਾਈ ਜੀ ਚੈਲੰਜ ਕਰ ਦਿਓ ਤੁਸੀਂ, ਕੱਪੜੇ ਭੇਜ ਰਹੇ ਨੇ ਲੋਕ, ਮਾੜਾ ਮੋਟਾ ਖਾਣ ਪੀਣ ਦਾ ਸਮਾਨ ਭੇਜਦੇ ਨੇ, ਤੁਸੀਂ ਪਹਿਲੀ ਗੱਲ ਤਾਂ ਖਾਣ ਪੀਣ 'ਚ ਅਚਾਰ ਪੰਜੀਰੀ ਘਿਓ ਇਹ ਭੇਜ ਦਿੰਦੇ ਹੋ? ਸਾਰਾ ਕੁਝ ਭੇਜ ਦਿੰਦਾ ਬਾਈ, ਕਿਹੜੀ ਮਰਜ਼ੀ ਕੰਟਰੀ 'ਚ ਬਾਈ, ਹੋਏ ਨਹੀਂ ਸਕਦਾ ਬਾਈ, ਅਸੀਂ ਭੇਜਦੇ ਹਾਂ, ਮੈਂ ਮੰਨਦਾ ਹੀ ਨਹੀਂ, ਅਸੀਂ ਬਾਈ ਭੇਜਦੇ ਹਾਂ, ਗਰੰਟੀ ਲੈਣੀ ਕੋਈ ਚੀਜ਼ ਦੀ, ਜਿੰਨੇ ਵੀਰ ਵੀਡੀਓ ਦੇਖ ਰਹੇ ਨੇ ਬਹੁਤ ਦੂਰੋਂ ਦੂਰੋਂ ਆਉਣਗੇ, ਚਾਹੇ ਯੂਰੋਪ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਭੇਜ ਦਿਓ, ਯੂਰੋਪ ਦੇ ਵਿੱਚ, ਹਾਂ ਯੂਰੋਪ ਦੇ ਵਿੱਚ ਕੋਈ ਖਾਣ ਪੀਣ ਵਾਲਾ ਸਮਾਨ ਭੇਜਦਾ ਨਹੀਂ, ਹਾਂ ਯੂਰੋਪ ਦੇ ਵਿੱਚ ਅਸੀਂ ਭੇਜ ਦਾਂਗੇ ਖਾਣ ਪੀਣ ਵਾਲਾ ਸਮਾਨ, ਕਦੇ ਉਹ ਗੱਲ ਹੋਵੇ ਬੰਦਾ ਉਰੇ ਪਹੁੰਚ ਜੇ ਹਨਾ, ਫਿਰ ਤੁਸੀਂ ਕਹਿ ਦੋਗੇ ਬਾਅਦ ਵਿੱਚ ਨਾ ਵੀਰੇ, ਨਾ ਨਾ ਬਾਈ, ਫੋਨ ਕਰਕੇ ਕਸਟਮਰ ਆਪਾਂ ਪੁੱਛ ਸਕਦਾ, ਪੱਕੀ ਗੱਲ ਆ, ਪੱਕੀ ਗੱਲ, ਤੇ ਰੇਟ ਪ੍ਰਾਈਸ, ਰੇਟ ਬਾਈ ਸਾਰਿਆਂ ਨਾਲ ਘੱਟ ਹੋਣਗੇ ਆਪਣੇ, ਖੁੱਲਾ ਚੈਲੰਜ ਕਰ ਲੱਗਿਆ ਮੈਂ ਬਾਈ, ਕੱਲਾ ਮਲੇਰਕੋਟ ਲਾਣੀ ਪੂਰਾ ਪੰਜਾਬ ਦਾ ਖੁੱਲਾ ਚੈਲੰਜ, ਪਹਿਲਾਂ ਵੀਰੇ ਕਹਿ ਦਾਂ ਕਿ ਜਿੱਥੇ ਜਿੱਤ ਕਰਦਾ ਉੱਥੇ ਰੇਟ ਪਤਾ, ਰੇਟ ਪਤਾ ਕਰ ਲਓ, ਬਾਅਦ ਚੋਂ ਜਸਟ ਕਾਲ ਕਰ ਲੈਣਾ, ਜਸਟ ਕਾਲ ਕਰ ਲਓ ਪਹਿਲਾਂ, ਜਿੱਥੇ ਤੁਹਾਡਾ ਮੂਡ ਬਣਦਾ, ਤੁਹਾਡਾ ਕੋਈ ਯਾਰ ਮਿੱਤਰ ਵੀ ਆ ਯਾਰ, ਮੈਂ ਸਿੱਧਾ ਓਪਨ ਚੈਲੰਜ ਕਰਨ ਲੱਗਿਆ, ਕਿਉਂਕਿ ਆਪਾਂ ਜੋ ਚੀਜ਼ ਦਿਖਾਉਂਦੇ ਹਾਂ ਨਾ ਉਹ ਜਿਹਦੇ 'ਚ ਤੁਹਾਡਾ ਕਿਤੇ ਨਾ ਕਿਤੇ ਫਾਇਦਾ ਹੋਊਗਾ ਹੀ ਹੋਊਗਾ।
ਹੁਣ ਜੇ ਗੱਲ ਕਰਾਂ ਮੈਂ ਸਮਾਨ ਦੀ, ਖਾਣ ਪੀਣ ਦੇ ਵਿੱਚ ਅਚਾਰ ਵੀ ਜਾਊਗਾ, ਅਚਾਰ, ਖੋਆ, ਪੰਜੀਰੀ, ਦੇਸੀ ਘੀ, ਜੋ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਆਉਂਦੀਆਂ ਸਾਰੀਆਂ ਭੇਜ ਦਿੰਦੇ ਆ, ਭੇਜ ਦਾਂਗੇ। ਤੇ ਆਹ ਸਾਹਮਣੇ ਤੁਹਾਡੇ ਪਰਫਿਊਮ ਪਏ ਨੇ, ਇਹ ਬੈਨ ਹੈ ਇੱਕ ਤਰੀਕੇ ਨਾਲ, ਇਹ ਭੇਜੋਗੇ? ਅਸੀਂ ਇਹ ਵੀ ਭੇਜ ਦਾਂਗੇ ਬਾਈ, ਕਿੰਨੇ ਮਰਜ਼ੀ 5 ਕਿਲੋ, 10 ਕਿਲੋ, 15 ਕਿਲੋ, 20 ਕਿਲੋ, ਜਿੰਨੇ ਮਰਜ਼ੀ ਪਰਫਿਊਮ ਹੋਣ, ਇਹ ਵੀ ਭੇਜ ਦਾਂਗੇ ਅਸੀਂ, ਗਰੰਟੀ ਨਾਲ ਡਿਲੀਵਰੀ ਹੋਊ ਤੁਹਾਡੀ, ਦੇਖ ਲਓ। ਮੈਂ ਕਿਹਾ ਗਰੰਟੀ ਭਾਈ ਪਿਆ ਪਾਲੇ ਨਹੀਂ ਪਏ ਨੇ, ਆਪਾਂ ਲਈ ਆਰਡਰ ਪਿਆਉਣਗੇ, ਤੁਹਾਨੂੰ ਮੈਂ ਦਿਖਾਉਣਾ। ਲੈ ਬਾਈ ਆ ਤਾਂ ਬਾਈ ਨੇ ਜਮੀ ਸਿਰਾ ਕਰ ਲਾ, ਤੁਸੀਂ ਦੇਖ ਰਹੇ ਆ, ਲਓ ਆ USA ਦਾ ਪਿਆ ਆਰਡਰ, ਪਰਫਿਊਮ ਇਹਨੇ ਗੱਲੇ ਪਰਫਿਊਮ ਦਾ, ਆ ਲੈ ਆ ਪਿਆ, ਇੱਕ ਹੋਰ ਪਿਆ ਹੋਊਗਾ, ਇੱਕ ਆ ਪਿਆ ਵੀਰੇ USA ਦਾ ਪਰਫਿਊਮ ਦਾ, ਠੀਕ ਹੈ, ਤੇ ਵਾਧੂ ਪਏ ਨੇ ਕੱਲੇ ਪਰਫਿਊਮ ਵਾਲੇ, UK ਦਾ ਗਲਾਸਗੋ ਦਾ। ਲੈ ਬਾਈ ਜਿਨ੍ਹਾਂ ਨੂੰ ਇਹ ਵਹਿਮ ਹੈ ਕਿ ਨਹੀਂ ਜਾਊਗਾ ਤਾਂ ਕੁਰੀਅਰ ਦੀ ਪੈਕਿੰਗ ਚੈੱਕ ਕਰ ਸਕਦੇ ਹੋ। ਹੁਣ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦਿਖਾਊਂਗਾ, ਜਿਹੜੀਆਂ ਬੇਸਿਕ ਨੀਡਾਂ ਨੇ, ਦਵਾਈਆਂ ਭੇਜ ਦਿੰਦੇ ਹਾਂ, ਦਵਾਈਆਂ ਭੇਜ ਦਿੰਦੇ, ਕਿਹੜੀ ਮਰਜ਼ੀ ਕੰਟਰੀ, ਯੂਰੋਪ ਨੂੰ ਛੱਡ ਕੇ ਬਾਈ, ਕਿਹੜੀ ਮਰਜ਼ੀ ਕੰਟਰੀ ਭੇਜ ਦਿਓ, ਯੂਰੋਪ ਨੂੰ ਅਤੇ ਗਲਫ ਨੂੰ, ਦਵਾਈਆਂ ਛੱਡ ਕੇ, ਯੂਰੋਪ ਅਤੇ ਗਲਫ ਨੂੰ ਦਵਾਈਆਂ ਜਾਂਦੇ ਨੇ, ਉਧਰ ਗੌਰਮੈਂਟ ਅਲਾਓ ਨਹੀਂ ਕਰਦੀ ਹੈਗੀ, ਆਪਾਂ ਭੇਜ ਨਹੀਂ ਸਕਦੇ, ਆਪਾਂ ਉੱਧਰ ਭੇਜ ਸਕਦੇ, ਬਾਕੀ ਸਾਰੀ ਕੰਟਰੀ ਭੇਜ, ਸਾਰੀ ਕੰਟਰੀ ਭੇਜ ਦਾਂਗੇ। ਅਤੇ ਜੇ ਕਿਸੇ ਭਰਾਣੇ ਰੱਖਣੀਆਂ ਰੁੱਖਣੀਆਂ ਕਰਾਉਣਾ, ਹੁਣ ਇਹ ਵੀ ਆਪਾਂ ਕਰ ਦਿੰਦੇ ਹਾਂ, ਬਹੁਤ ਘੱਟ ਰੇਟਾਂ ਦੇ ਆਪਣੇ ਹੁਣ ਆਫਰ ਚੱਲ ਰਿਹਾ ਰੱਖੜੀ ਕਰਕੇ, ਬਹੁਤ ਘੱਟ ਰੇਟ ਨੇ, ਆਪਣਾ ਇੱਕ ਵਾਰ ਆਪਾਂ ਕਸਟਮਰ ਰੇਟ ਪੁੱਛ ਸਕਦਾ ਕਾਲ ਕਰਕੇ, ਪੁੱਛ ਸਕਦਾ। ਇੱਕ ਸਭ ਤੋਂ ਵੱਡੀ ਚੀਜ਼ ਪੈਂਦੀ ਆ ਬਈ, ਮੈਂ ਚਲੋ ਆਪਾਂ ਚੱਲਦੇ ਚੱਲਦੇ ਗੱਲ ਕਲੀਅਰ ਕਰ ਲੈਣਾ, ਮੰਨ ਕੇ ਚਲੋ ਆਪਾਂ ਨੇ ਆਹ ਕੁਰੀਅਰ ਆਪਣੇ ਪੈਕਿੰਗ ਕਰਾ ਪਿਆ, ਬੰਦਾ ਭੇਜ ਦਿੰਦੇ ਆ, ਬਾਅਦ ਵਿੱਚ ਕਹਿੰਦੇ ਉੱਥੇ ਆ ਕੇ ਵੀ ਕਸਟਮ ਡਿਊਟੀ ਲੱਗੂ, ਜੇ ਉਹ ਇਦਾਂ ਦਾ ਕੁਛ ਬਈ, ਕਸਟਮ ਲੱਗਦੀ ਹੈ ਕੈਨੇਡਾ ਦੇ ਵਿੱਚ ਇਕੱਲੀ, ਹਾਂ ਸਿਰਫ ਇਕੱਲੀ ਕੈਨੇਡਾ ਹੀ ਕਸਟਮ ਲੱਗਦੀ ਹੈ, ਹੋਰ ਕੋਈ ਕੰਟਰੀ ਨਹੀਂ, ਯੂਕੇ ਆਸਟ੍ਰੇਲੀਆ ਵਾਲੇ ਵੀ ਕਹੀ ਜਾਂਦੇ ਨੇ, ਯੂਕੇ ਆਸਟ੍ਰੇਲੀਆ USA ਨਿਊਜ਼ੀਲੈਂਡ, ਕੋਈ ਗਲਫ ਦੀ ਕੰਟਰੀ, ਕਿਤੇ ਨਹੀਂ ਕਸਟਮ ਲੱਗਦੀ, ਨਾ ਯੂਰੋਪ 'ਚ ਲੱਗਦੀ ਆ, ਆਪਾਂ ਵਿਚਾਰ ਲੈਂਦੇ ਹਾਂ ਬਾਈ, ਸਿਰਫ ਕੈਨੇਡਾ ਹੀ ਲੱਗਦੀ ਆ, ਉਹ ਵੀ ਰਿਫੰਡੇਬਲ ਹੁੰਦੀ ਆ, ਕੋਈ ਇੱਦਾਂ ਵੀ ਤੁਹਾਡਾ ਲੈ ਲਿਆ ਖਤਮ ਕਰਾਂ, ਵਾਪਸ ਆ ਜਾਂਦੀ, ਉਹ ਵੀ ਵਾਪਸ ਆ ਜਾਂਦੀ ਆ, ਉਹ ਵੀ ਅਸੀਂ ਕਸਟਮਰ ਨੂੰ ਦੱਸ ਦਿੰਦੇ ਵੀ ਕਿੱਦਾਂ ਵਾਪਸ ਆਉਂਦੀ ਆ। ਹਾਂ ਕਈ ਵਾਰ ਜਿੰਨੇ ਭਰਾ ਆਪਣੇ ਇਹ ਵੀਡੀਓ ਦੇਖ ਰਹੇ ਨਾ, ਤੁਹਾਨੂੰ ਕਈ ਵਾਰ ਚਲੋ ਕਈਆਂ ਨਾਲ ਬਣ ਗਈ ਵੀਰੇ, ਆਪਾਂ ਨੂੰ ਕਹਿ ਦਿੰਦੇ ਨੇ ਕਿ ਬਾਈ ਯਾਰ ਪਹਿਲਾਂ ਇੰਨੇ ਕਿਹਾ ਸੀਗਾ, ਬਾਅਦ 'ਚ ਕਸਟਮ ਡਿਊਟੀ ਮੰਗੀ ਜਾਂਦਾ, ਹੁਣ ਕੀ ਕਰੀਏ, ਹੈ ਨਾ, ਕਿਉਂਕਿ ਉਹ ਉੱਥੇ ਏਅਰਪੋਰਟ 'ਤੇ ਮੰਗੇ ਲੈਂਦੇ ਨੇ, ਅਤੇ ਬਾਈ ਕਹਿੰਦਾ ਇਹ ਵੀ ਆਪਾਂ ਜੇ ਕੈਨੇਡਾ ਦੀ ਆ ਤਾਂ ਰਿਫੰਡ ਹੋ ਜੂ, ਬਾਕੀ ਕਿਸੇ ਵੀ ਕੰਟਰੀ ਦੀ ਵੀਰੇ ਲੰਘਣ ਨਹੀਂ ਦਿੰਦੇ, ਰੇਟ ਪ੍ਰਾਈਸ ਦਾ ਖੁੱਲ੍ਹਾ ਚੈਲੇਂਜ ਆ, ਕੋਈ ਚੱਕਰ ਨਹੀਂ, ਇੱਕ ਲੋਕੇਸ਼ਨ ਦਾ ਥੋੜ੍ਹਾ ਚੱਕਰ ਪਊਗਾ ਤੁਹਾਨੂੰ ਕਿਸੇ ਭਰਾ ਨੂੰ, ਵੈਸੇ ਤਾਂ ਮੈਂ ਤੁਹਾਨੂੰ ਦੱਸਿਆ ਪ੍ਰੋਪਰ ਐਡਰੈਸ ਇੱਕ ਵਾਰ ਵਟਸਐਪ 'ਤੇ, ਉਹ ਆਪਣਾ ਚਲੋ ਜੋ ਵੀਰ ਨੇ ਟਾਈਮ ਦੱਸਿਆ, ਮੈਂ ਤੁਹਾਡੇ ਲਈ ਇੱਕ ਬੈਨੀਫਿਟ ਦੱਸਣ ਗੱਲ ਦੱਸਣ ਲੱਗਿਆ, ਇਹ ਟਾਈਮ ਦੇ ਵਿੱਚ ਕਾਲ ਚੱਕ ਲੈਣਗੇ, ਕੋਈ ਦਿੱਕਤ ਨਹੀਂ, ਬਾਏ ਚਾਂਸ ਤੁਸੀਂ ਪਹਿਲਾਂ ਕਾਲ, ਕਿਉਂਕਿ ਵੀਰੇ ਕੁਛ ਕੁ ਬੰਦੇ ਸਵੇਰੇ ਜਲਦੀ ਉੱਠ ਜਾਂਦੇ ਨੇ ਜਾਂ ਰਾਤ ਨੂੰ ਵਿਚਾਰੇ ਕੰਮ ਕੁੰਮ ਤੋਂ, ਆਪਾਂ ਨੂੰ ਮੈਸੇਜ ਕਰ ਸਕਦੇ ਨੇ, ਉਹ ਵਟਸਐਪ 'ਤੇ ਮੈਸੇਜ ਪਾ ਦਿਓ ਵੀਰੇ ਬਣ ਕੇ, ਜੇ ਤੁਹਾਡਾ ਫੋਨ ਨਹੀਂ ਚੱਕਿਆ ਜਾ ਰਿਹਾ ਸਿਰਫ ਉਹ ਕੰਡੀਸ਼ਨ 'ਚ, ਕਈ ਵਾਰ ਫੋਨ ਜ਼ਿਆਦਾ ਆ ਜਾਂਦੇ ਨੇ ਬਈ, ਹੋਰ ਬੈਕ ਕਾਲ ਵੀ ਕਰ ਸਕਦੇ, ਜਾਂ ਕਸਟਮਰ ਉਹ ਰਿਪ੍ਰਜੈਂਟ ਹੈ ਉਹਨੂੰ ਡੀਲ ਕਰਨ ਦੇ ਚੱਕਰ ਦੇ ਵਿੱਚ ਫੋਨ ਨਹੀਂ ਚੱਕਿਆ ਦਾ, ਵਟਸਐਪ 'ਤੇ ਵੀਰ ਬਣ ਕੇ ਮੈਸੇਜ ਕਰ ਦਿਓ ਤੁਹਾਡਾ ਕਿੰਨੇ ਕਿਲੋ ਸਮਾਨ ਹੈ, ਕਿਹੜੀ ਕੰਟਰੀ ਹੈ, ਕਿਹੜੀ ਤੁਸੀਂ ਜਗ੍ਹਾ ਤੋਂ, ਉਹ ਵੀਰ ਹੋਰ ਤੁਹਾਨੂੰ ਆਪਣੇ ਆਪ ਕਾਲ ਬੈਕ ਕਰ ਲੈਣਗੇ ਨਾ, ਕੋਈ ਚੱਕਰ ਨਹੀਂ। ਅਤੇ ਵੀਰੇ ਇਸ ਤੋਂ ਇਲਾਵਾ ਆਪਣਾ ਕੋਈ ਹੋਰ ਗੱਲ, ਇਸ ਤੋਂ ਇਲਾਵਾ ਵੀਰੇ ਦੇਖੋ ਕਈ ਕਈ ਏਰੀਏ 'ਚ ਜਿਵੇਂ ਆਪਾਂ ਕਹਿੰਦੇ ਕੰਪੀਟੀਸ਼ਨ ਆ ਵੱਧ, ਏਰੀਏ 'ਚ ਕੰਪੀਟੀਸ਼ਨ ਆ ਵੱਧ ਇੱਥੇ, ਹਾਂਜੀ, ਅਤੇ ਰੇਟ ਸੇਮ ਹੁੰਦੇ ਨੇ, 10-20 ਰੁਪਏ ਦਾ ਫਰਕ ਹੁੰਦਾ, ਬਟ ਸਾਡੀ ਮੇਨ ਖਾਸੀਅਤ ਬਾਈ ਇੱਕ ਚੀਜ਼ ਹੈ, ਸਾਡੀ ਪੈਕਿੰਗ, ਜਿਹੜੀ ਸਾਡੀ ਪੈਕਿੰਗ ਹੋਊਗੀ, ਕਸਟਮਰ ਨੂੰ ਐਂ ਸਮਝ ਲਓ ਵੀ ਲੋਹੇ ਦਾ ਡੱਬਾ ਬਣ ਕੇ ਜਾਊਗਾ, ਇੱਕ ਵੀ ਚੀਜ਼ ਡੈਮੇਜ ਨਹੀਂ ਹੋਣੀ ਹੈ, ਜਿਵੇਂ ਆਪਾਂ ਕਸਟਮਰ ਘੀ ਲਿਆ, ਖੋ ਪੰਜੀਰੀ ਲਿਆ, ਉਹ 'ਚ ਘਿਓ ਚਾਹੁੰਦਾ, ਉਹਨੂੰ ਨਾ ਪਹਿਲਾਂ ਆਪਾਂ ਲੈਮੀਨੇਸ਼ਨ ਨਾਲ ਲੈਮੀਨੇਸ਼ਨ ਕਰ ਦੇਣਾ ਡੱਬੇ ਨੂੰ, ਬਈ ਆਪਣੀ ਪੈਕਿੰਗ ਦੀ ਸਭ ਤੋਂ ਜ਼ਿਆਦਾ ਮੇਨ ਚੀਜ਼ ਇਹ ਹੈ ਕਿ ਆਪਾਂ ਸਮਾਨ ਨਹੀਂ ਖਰਾਬ ਕਰਨਾ, ਹਾਂ ਲੈਮੀਨੇਸ਼ਨ ਕਰ ਦਿੰਦੇ ਹਾਂ, ਫਿਰ ਆਪਾਂ ਸਮਾਨ ਨੂੰ ਬਬਰ ਰੈਪ ਕਰ ਦਿੰਦੇ ਹਾਂ, ਓਕੇ, ਬਬਰ ਰੈਪ ਤੋਂ ਬਾਅਦ ਫਿਰ ਆਪਾਂ ਵੀਰੇ ਬਣਾਉਣਾ ਥਰਮਾਕੋਲ, ਮਜ਼ਾਲਾ ਕਸਟਮਰ ਦਾ ਸਮਾਨ ਖਰਾਬ ਹੋ ਜਾਵੇ, ਲੈ ਬਈ ਇੱਥੇ ਰੱਖ, ਕਹਿੰਦਾ ਬਈ 3 ਲੇਅਰ ਚਾੜ ਕੇ ਤੁਹਾਡਾ ਸਮਾਨ ਭੇਜਿਆ ਜਾਊ ਬਾਰੇ,
ਤੇ ਵੀਰੇ ਕਿਸੇ ਵੀ ਭਰਾ ਨੇ ਕੋਈ ਵੀ ਸਮਾਨ ਕੁਰੀਅਰ ਕਰਨਾ ਹੈਗਾ, ਇਸ ਤੋਂ ਇਲਾਵਾ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਚੀਜ਼ ਹੁੰਦੀ ਹੈ ਆਪਾਂ ਐਟ ਟਾਈਮ ਪ੍ਰਜੈਂਟ ਹੈ ਨਾ ਨਹੀਂ ਸਮਝ ਸਕਦੇ, ਕੋਈ ਚੀਜ਼ ਭੇਜਣੀ ਵੀ ਹੈ, ਆਹ ਸਕਰੀਨ 'ਤੇ ਨੰਬਰ ਚੱਲ ਰਹੇ ਨੇ, ਟਾਈਮਿੰਗ ਦੱਸਤੀ ਸੰਡੇ ਵਾਲੇ ਦਿਨ ਓਪਨ, ਸੰਡੇ ਵਾਲੇ ਦਿਨ ਵੀਰੇ ਓਪਨ ਹੁੰਦੇ, ਸੰਡੇ ਨੂੰ 11 ਤੋਂ ਸ਼ਾਮ ਨੂੰ 6 ਵਜੇ ਤੱਕ। ਹਾਂ ਸੰਡੇ ਵਾਲੇ ਦਿਨ ਜ਼ਰੂਰੀ ਹੈ ਬਾਈ, ਕਿਉਂਕਿ ਸੰਡੇ ਵਾਲੇ ਦਿਨ ਕਈ ਦਿਨ ਔਫ ਕਰ ਲੈਂਦੇ ਨੇ, ਪਰ ਬਾਈ ਹੋਰਾਂ ਦਾ ਓਪਨ ਹੈ, ਕੋਈ ਚੱਕਰ ਨਹੀਂ। ਅਤੇ ਵੀਰੇ ਸਕਰੀਨ 'ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਚਲਾ ਰੱਖੇ ਨੇ, ਟਾਈਮਿੰਗ ਤੁਹਾਨੂੰ ਦੱਸਤੀ, ਕਾਲ ਨਹੀਂ ਚੱਕੀ ਹੈ ਵੀਰੇ ਵਟਸਐਪ 'ਤੇ ਮੈਸੇਜ ਕਰ ਦਿਓ। ਬਾਕੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ, ਭਾਵੇਂ ਤੁਹਾਡਾ ਕੋਈ ਦੋਸਤ ਹੈ, ਭਾਵੇਂ ਕੋਈ ਰਿਸ਼ਤੇਦਾਰ ਹੈ, ਜਾਂ ਤੁਸੀਂ ਖੁਦ ਹੋ, ਸਭ ਤੋਂ ਘੱਟ ਖਰਚੇ ਦੇ ਵਿੱਚ ਕਿਹੜੀ ਮਰਜ਼ੀ ਕੰਟਰੀ ਦਾ ਤੁਸੀਂ ਸਮਾਨ ਭੇਜਣਾ ਹੈ ਤਾਂ ਇੱਕ ਵਾਰੀ ਮੈਂ ਕਹਿੰਦਾ ਬਸ ਕਾਲ ਕਰਕੇ ਰੇਟ ਕਨਫਰਮ ਕਰ ਲਿਓ, ਹੋਰ ਤਾਂ ਬਾਕੀ ਵਾ, ਬਾਕੀ ਰੇਟ ਥੋੜ੍ਹੇ ਬਹੁਤ ਅਪ ਡਾਊਨ ਹੁੰਦੇ ਰਹਿੰਦੇ ਨੇ, ਕੋਈ ਕੁਛ ਨਹੀਂ, ਫਿਰ ਵੀ ਬਾਈ ਹੋਰਾਂ ਦੇ ਵੀਰੇ ਘੱਟ ਰੇਟ ਹੋਣਗੇ। ਬਾਕੀ ਵੀਰੇ ਸ਼ੇਅਰ ਜ਼ਰੂਰ ਕਰੋ ਜਿੰਨੇ ਭਰਾ ਵੀਡੀਓ ਦੇਖ ਰਿਹਾ।